ਦੀ 26 ਤਾਰੀਖ ਨੂੰ ਸਾਰੇ ਮਿਲ ਕੇ ਇੱਕ ਨਵਾਂ ਇਤਿਹਾਸ ਸਿਰਜਣ ਜਾ ਰਹੇ ਹਾਂ। ਹਿੰਦੁਸਤਾਨ ਨੂੰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਕਿਹਾ ਜਾਂਦਾ ਹੈ। ਬਦਕਿਸਮਤੀ ਕਹਾਂਗੇ, ਸੰਵਿਧਾਨ ਦੇ ਘਾੜਿਆਂ ਨੇ ਕਿਹਾ ਤਾਂ ਸੀ ਇਹ ਗਣਤੰਤਰ ਹੈ, 26 ਜਨਵਰੀ ਗਣਤੰਤਰ ਦਿਵਸ ਹੈ ਜਿਹਦੇ ਵਿੱਚ ਲੋਕਾਂ ਦੀ ਸ਼ਮੂਲੀਅਤ, ਲੋਕਾਂ ਦੀ ਭਾਗੀਦਾਰੀ ਸਭ ਤੋਂ ਵੱਧ ਹੋਣੀ ਚਾਹੀਦੀ ਹੈ, ਪਹਿਲ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ। ਪਰ ਜਿਨ੍ਹਾਂ ਦੇ ਹੱਥ ਹਮੇਸ਼ਾ ਤਾਕਤ ਰਹੀ ਉਹਨਾਂ ਲੋਕਾਂ ਨੇ ਆਮ ਲੋਕਾਂ ਨੂੰ ਇਹਨਾਂ ਇਸ ਸਮਾਗਮ ਤੋਂ ਹਮੇਸ਼ਾ ਦੂਰ ਰੱਖਿਆ। ਇਹ ਤੁਹਾਡੀ ਤਪੱਸਿਆ ਹੈ, ਇਹ ਤੁਹਾਡੀ ਮਿਹਨਤ ਹੈ। 2 ਮਹੀਨੇ ਤੇ ਇੱਥੇ ਠੰਡ ਵਿੱਚ ਤੁਸੀਂ ਇੱਥੇ ਡੇਰੇ ਲਾਈ ਬੈਠੇ ਹੋ, ਉਹਦਾ ਸਿੱਟਾ ਹੈ ਵੀ ਇਸ ਵਾਰੀ ਸਾਰੀ ਦੁਨੀਆ ਦੇਖੇਗੀ ਹਿੰਦੁਸਤਾਨ ਦੇ ਅਸਲੀ ਲੋਕ, ਹਿੰਦੁਸਤਾਨ ਦਾ ਢਿੱਡ ਭਰਨ ਵਾਲੇ ਲੋਕ, ਹਿੰਦੁਸਤਾਨ ਵਿੱਚ ਮਿਹਨਤ ਕਰਨ ਵਾਲੇ ਲੋਕ ਜਿਹੜੇ ਇਸ ਦਾ ਅਸਲੀ ਗਣ ਹੈ, ਉਹ ਆਪਣਾ ਗਣਤੰਤਰ ਮਨਾਉਣਗੇ। ਅਸੀਂ ਉੱਥੇ ਆਪਣਾ ਗਣਤੰਤਰ ਮਨਾਵਾਂਗੇ, ਗਣਤੰਤਰ ਦਿਵਸ ਮਨਾਵਾਂਗੇ। ਉਹਦਾ ਨਤੀਜਾ ਭਾਈ ਕੱਲ੍ਹ ਸਰਕਾਰ ਨੂੰ ਝੁਕਣਾ ਪੈ ਗਿਆ। ਕੱਲ੍ਹ ਰਾਤੀ ਤੱਕ ਉਹਨਾਂ ਨੇ ਬਹਿਸ ਜਾਰੀ ਰੱਖੀ। ਆਖਿਰ ਅਸੀਂ 6 ਨਾਕਿਆਂ 'ਤੇ ਬੈਠੇ ਹਾਂ, 6 ਹੀ ਨਾਕਿਆਂ ਤੋਂ ਕਿਸਾਨ ਆਪਣੇ ਟਰੈਕਟਰਾਂ 'ਤੇ ਦਿੱਲੀ ਦੇ ਅੰਦਰ ਕੋਈ 100-100 ਕਿਲੋਮੀਟਰ ਦਾ ਰੂਟ ਤੈਅ ਹੋਇਆ ਹਰੇਕ ਨਾਕੇ ਲਈ, ਗਣਤੰਤਰ ਪਰੇਡ ਕਰਨ ਲਈ ਜਾਏਗਾ। ਬੇਨਤੀ ਇਹ, ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਗਣਤੰਤਰ ਦਿਵਸ ਨੂੰ ਅਸਲੀ ਗਣ, ਅਸਲੀ ਲੋਕ ਜਦੋਂ ਮਨਾਉਣਗੇ, ਯਾਦ ਰੱਖਿਓ ਤੁਹਾਨੂੰ ਸਾਰੀ ਦੁਨੀਆ ਨੇ ਦੇਖਣਾ। ਮੇਰੀ ਜਾਣਕਾਰੀ ਅਨੁਸਾਰ ਭਾਰਤ ਤੋਂ ਬਾਹਰੋਂ ਕੋਈ 1000 ਟੀਵੀ ਚੈਨਲ ਇੱਥੇ ਦਿੱਲੀ ਪਹੁੰਚ ਗਏ ਨੇ, ਜਿਹੜੇ ਤੁਹਾਡੀ ਗਣਤੰਤਰ ਦਿਵਸ ਦੀ ਪਰੇਡ ਨੂੰ ਸਾਰੀ ਦੁਨੀਆ 'ਚ ਦਿਖਾਉਣਗੇ। ਇਹ ਏਡੀ ਵੱਡੀ ਜਿੱਤ ਨੂੰ ਆਪਣੇ ਵਿੱਚ ਸਮੋ ਕੇ ਤੁਸੀਂ ਆਪਣੇ ਆਪ ਨੂੰ ਸਾਰੀ ਦੁਨੀਆ ਨੂੰ ਦਿਖਾਉਣਾ ਹੈ। ਮੈਂ ਤੁਹਾਨੂੰ ਬੇਨਤੀ ਕਰਨ ਲੱਗਿਆ, ਸਾਰੀ ਦੁਨੀਆ ਦੇਖੇਗੀ ਤੁਹਾਨੂੰ 26 ਤਾਰੀਖ ਨੂੰ, ਭਈ ਕਿਸਾਨ ਆਪਣਾ ਸਾਰੇ ਦੇਸ਼ ਵਾਸੀਆਂ ਦਾ ਹੱਕ ਲੈ ਕੇ ਕਿਵੇਂ ਆਪਣਾ ਗਣਤੰਤਰ ਦਿਵਸ ਮਨਾ ਰਹੇ ਨੇ। ਉਹਦੇ ਨਾਲ ਜ਼ਿੰਮੇਵਾਰੀਆਂ ਵੀ ਨੇ, ਸਰਕਾਰ ਦੀਆਂ ਏਜੰਸੀਆਂ ਪੱਬਾਂ ਭਾਰ ਹੋਈਆਂ। ਤੁਸੀਂ ਲੋਕ ਜਿਹੜੇ ਅੱਜ ਤੱਕ ਪਿਛਲੇ 7-8 ਮਹੀਨਿਆਂ ਤੋਂ ਅੰਦੋਲਨ 'ਚੋਂ ਜਿਹੜੇ ਸ਼ਾਂਤਮਈ ਰਹੇ, ਕਿਤੇ ਇੱਕ ਪੱਤਾ ਤੋੜਨ ਦੀ, ਇੱਕ ਫੁੱਲ ਤੋੜਨ ਦੀ ਸ਼ਿਕਾਇਤ ਤੁਹਾਡੀ ਨਹੀਂ, ਉਹਨਾਂ ਨੂੰ ਇਹ ਸਿਹਰਾ ਨਾ ਜਾਏ। ਇਹਦੇ ਲਈ ਸਰਕਾਰ ਦੀਆਂ ਏਜੰਸੀਆਂ ਦੀ ਢਿੱਲ ਲੱਗੀ ਹੋਈ ਹੈ। ਮੈਂ ਇਸ ਸਟੇਜ ਤੋਂ ਸਾਫ਼ ਕਰ ਦੇਣਾ ਚਾਹੁੰਦਾ, ਅਸੀਂ ਸ਼ਾਂਤਮਈ ਸੀ, ਸ਼ਾਂਤਮਈ ਹਾਂ, ਸ਼ਾਂਤਮਈ ਰਹਾਂਗੇ। ਪਰ ਜੇ ਕਿਤੇ ਕੋਈ ਗੜਬੜ ਹੋਈ, ਉਹਦੀ ਜ਼ਿੰਮੇਵਾਰ ਸਰਕਾਰ ਅਤੇ ਸਰਕਾਰ ਦੀਆਂ ਏਜੰਸੀਆਂ ਹੋਣਗੀਆਂ। ਅਸੀਂ ਕਤਈ ਸ਼ਾਂਤੀ ਭੰਗ ਨਹੀਂ ਕਰਾਂਗੇ। ਇਹਦੇ ਲਈ ਅਸੀਂ ਕੱਲ੍ਹ ਬੈਠ ਕੇ ਪ੍ਰੋਗਰਾਮ ਉਲੀਕ ਰਹੇ ਸੀ। ਅਸੀਂ ਵੱਡੀ ਗਿਣਤੀ ਵਿੱਚ ਵਲੰਟੀਅਰ ਬਣਾਏ ਨੇ, ਜਿਹੜੇ ਇਹ ਸਾਰੇ ਪ੍ਰੋਗਰਾਮ ਨੂੰ ਤੁਹਾਡੀ ਮਦਦ ਲਈ, ਤੁਹਾਡੀ ਪਰੇਡ ਦੇ ਨਾਲ ਨਾਲ ਤੁਰਨਗੇ। ਅਸੀਂ ਤੁਹਾਡੇ ਲਈ ਕਿਸੇ ਨੂੰ ਕੋਈ ਸਰੀਰਕ ਤੌਰ 'ਤੇ ਮੁਸ਼ਕਲ ਆ ਜਾਏ, ਉਹਦੇ ਲਈ ਐਂਬੂਲੈਂਸਾਂ ਵੱਡੀ ਪੱਧਰ 'ਤੇ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਹੈ। ਕਿਸੇ ਦਾ ਟਰੈਕਟਰ ਖਰਾਬ ਹੋ ਜਾਏ, ਉਹਦੇ ਲਈ ਚੱਲਦੀ ਫਿਰਦੀਆਂ ਵਰਕਸ਼ਾਪਾਂ ਦਾ ਪ੍ਰਬੰਧ ਕੀਤਾ ਹੈ। ਸਾਡੀ ਕੋਸ਼ਿਸ਼ ਹੋਏਗੀ ਤੁਹਾਨੂੰ ਰਸਤੇ ਵਿੱਚ ਕੋਈ ਮੁਸ਼ਕਲ ਨਾ ਆਏ। ਉਹ ਸਾਰੇ ਪ੍ਰਬੰਧ ਅਸੀਂ ਆਪਣੇ ਵੱਲੋਂ ਕੀਤੇ ਨੇ, ਪਰ ਫਿਰ ਵੀ ਅਸੀਂ ਵੀ ਤੁਹਾਡੇ ਹੀ ਹਾਂ। ਜੇ ਕਿਤੇ ਕਮੀ ਰਹਿ ਗਈ ਤਾਂ ਮਾਫ਼ ਕਰ ਦਿਓ, ਪਰ ਤੁਹਾਡੇ ਕੋਲੋਂ ਇਹ ਆਸ ਰੱਖਾਂਗੇ ਭਈ ਜਿੰਨਾ ਸਾਡੇ ਵੱਲ ਦੁਨੀਆ ਦੇਖ ਰਹੀ ਹੈ, ਇਸ ਗੱਲ ਦਾ ਅਹਿਸਾਸ ਰੱਖਿਓ। ਇੱਕੋ ਨਾਰਾ ਦਿਆਂਗਾ, ਜਿੰਨਾ ਅੰਦੋਲਨ ਸ਼ਾਂਤਮਈ ਰਹੇਗਾ, ਓਨਾ ਹੀ ਅੰਦੋਲਨ ਵੱਡੀ ਸਫਲਤਾ ਹਾਸਲ ਕਰੇਗਾ। ਤੇ ਜੇ ਅੰਦੋਲਨ ਵਿੱਚ ਹਿੰਸਾ ਆਈ,
उत्थे मोदी की जित हो जानी है। जेड़े लोग जेड़िया एजेंसियां पब्बां भार हुई उन्हों का ख्याल तुसी रखना है। तुहानू बेनती आ जेड़िया ट्रालियां साडा एक तरह का पिंड वस गया है, इसे तरह वसया रहना है, वापस आके इत्थे ही बैठना है। इतों जेड़ा ट्रैक्टर आसानी नाल निकल सकता उही कढ़िओ, नहीं ट्रैक्टर साढ़े को लखां की तादाद विच पहुंच रहे ने, पहुंच गए और पहुंच रहे ने। और अज मुरथल तक टोटल सड़कां जाम हो गई ने इस सड़क ते, और यही हाल बाकी सड़कां ते है। पहले चार दिन पहला सरकार दे अधिकारी कहते सी जी 2 लख ट्रैक्टर आना है, ते हुण कल दे कहण लग गए जी 3 लख हो जाना है। सारे देश का किसान 26 जनवरी नूं गणतंत्र दिवस मनाउण लई आपो अपने साधन लैके दिल्ली नूं उमड़ पिया। इस नाल इक तां तुहानूं बेनती है ट्रैक्टरां ते बहुते बंदे नहीं बैठने, 5-4 बंदे जिन्हां नूं तुसीं जाणदे हो उही बैठणगे, जिन्हूं तुसीं नहीं जाणदे उहनूं अपने ट्रैक्टर ते बैठण नहीं देना। पता नहीं उह कौण कित्थे दा होऊ, इस गल का ख्याल रखना है। अपनियां ट्रालियां दे आले दुआले अज तों पहरा होर वधा देना है, क्योंकि दुश्मन बात करे अणहोणी। सरकारी एजेंसियां सरगर्म ने, चौकस रहना है, और सारिया ने चक्कर ला के वापस इत्थे आपो अपने टिकाणे आउणा है। ते जिहड़े ट्रैक्टर बाहरों अज आए ने, कल आए ने, आ रहे ने, उन्हां नूं बेनती है वापस नहीं जाना। इसे तरह जिथों सड़क ते चलो उत्थे जाके फिर ला देना, हो ही रहण दिओ जाम सारे हिंदुस्तान नूं। तो इसलिए मेरी बेनती है, सारिआं ने अपनी आपो अपनी जिम्मेवारी का एहसास करके, जिस तरह पुलिस एडमिनिस्ट्रेशन का अंदाजा है भई एडा वड्डा मार्च 48 घंटिआं तों पहलां पूरा नहीं होना। चलो जिन्नी देर मर्जी लगे मार्च असी पूरा करना है, परेड असी पूरी करनी है, पर ख्याल इस गल का रखना है साढ़े विच कोई अनजाण बंदी बंदा आके वड़े ना। इस गल का ख्याल रखना है भई असी शांतमई पूरी तरह रहना है, सारिआं ने इस गल ते शांतमई शब्द ते पहरा देना है। और जदों तुसी ये समाप्त किया है, इसकी समाप्ति हुई है इस परेड की, सारी दुनिया तुहानू क्रैडिट देगी, सारी दुनिया तुहाडी वाह वाह करेगी। इस तरह का इतिहास दुनिया के किसी देश विच नहीं रचिया गया। बोले अज तक दुनिया के किसी देश विच इस तरह का इतिहास नहीं रचिया गया। हैंकड़बाज मोदी सरकार जिन्ने दिन बिठाना चाहे असूली तौर पर मन चुकी है भी तुहाडी गल बिल्कुल दुरुस्त है, जिनी देर बिठाना चाहे असी बैठांगे। 29 तारीख तो पार्लीमेंट का इजलास शुरू है, देखांगे किहड़ा MP साडे विरुद्ध बोलदा है, देखांगे किहड़ा जुरत करदा है साडे खिलाफ बोलण दी। उहनां नूं आपो अपने हलकां च भाजड़ां पावांगे जिहड़े साडे खिलाफ बोलणगे। इस वारी दा पार्लीमेंट दा इजलास भी एडा सौखा नहीं होएगा। इस गणतंत्र दिवस ते इस देश दा गण लोक लोकां नूं अपनी शक्ति दा अंदाजा हो गया, उहनां नूं समझ लेना चाहीदा है, लोकां नूं अपनी ताकत दा पता लग गया, अपने अधिकारां दा पता लग गया, अपने हकां दा पता लग गया। सानूं कोई हुण मूर्ख बना नहीं सकदा। MP असी चुन के भेज दिते, असी उहनां नूं चुन के भेजिआ साडे हकां दी राखी लई, साडे हकां दे विरोध लई नहीं। मैं पर इह सारा कुछ तां होणा है, सिर्फ ते सिर्फ तां होणा है जे इस गल ते पहरा दोगे, अपनी जिम्मेवारी समझोगे। जिहड़ा मैनूं यकीन है तुसीं हमेशा मेरी गल धरती ते नहीं डिगण दित्ती, संभाली है। जे शांतमई रहोगे, अपना आला दुआला शांत रखोगे, जिन्नी मर्जी मुश्किल जिहड़ी आ झलणी पै जाए,
क्योंकि टाइम वध लै सकता है। सवेरे लंगर छक के जल्दी तैयार हो जायो। एक तो किसी ने एक दूजे तो अगे ट्रैक्टर भजाने की कोशिश नहीं करनी, एक लाइन खाली रखनी है जिथों एंबूलेंसा वगैरह जिहड़ा साढ़े तुहाडे वलंटियर ने किते मशीनरी की रिपेयर करने वाले ने उन्होंने एक लाइन खाली छड़नी है, उन्होंने लोड़ पवे तो वह वरतों कर सकन। वाहिगुरू मेहर रखे लोड़ ना पवे, पर जे किसी कोई तकलीफ होंदी है एंबूलेंस रुकनी नहीं चाहिए। और मेरी तुहानू सारयां नू फिर सुनिमर बेनती है, खास तौर पर अपने नौजवान बच्चों, तुसी बच्चे हो, दो महीने विच दुनिया का रिकॉर्ड पैदा किया, जिवें तुसी इत्थे डिसिप्लिन लिया, जिवें तुसी इत्थे सेवा की, मेरे को शब्द नहीं तुहाडी प्रशंसा करन लई, जिवें तुसी इत्थे कदे झाड़ू मारदे देखे गए, कदे ट्रैफिक कंट्रोल करदे देखे गए, कदे तुसी लंगरां च सेवा करदे देखे गए, ये अपने आप विच इक कुदरत दा अलौकिक नजारा है। जिहड़े लोग तुहानू बदनाम करदे सी उहनां लोकां दे मूंह ते चपेड़ मारी है तुसी इकट्ठे मिलके,